एमएलए जानते हो आए कि हाजिर होए कि ना होए रोज नहीं ना कपड़े लाके दरिया विचों लंघे जांदा दरिया विच तां गंदगी बड़ी है सारा पानी जो गंदा लुधियाणे दा सौ शहर दा इधर सारा विच दे आउंदा विच दे सौ चीजां गंदियां ने ਬੇੜੀ ਇਸ ਕਿਨਾਰੇ ਸੀ ਉਸ ਕਿਨਾਰੇ ਹੈਗੇ ਸੀ ਉਹਨਾਂ ਸਮਝਿਆ ਚੱਲ ਵੀ ਅਸੀਂ ਜਾ ਕੇ ਤੈਰ ਕੇ ਲੈ ਆਵਾਂਗੇ ਉਹ ਜਦੋਂ ਤੈਰਨ ਲੱਗਿਆ ਉੱਥੋਂ ਤੈਰਿਆ ਤਾਂ ਉਹਨੂੰ ਉੱਤੇ ਆਉਣੇ ਸ਼ੁਰੂ ਹੋ ਗਏ ਦੂਸਰੇ ਭਾਈ ਨੇ ਵੇਖਿਆ ਕਿ ਡੁੱਬ ਰਿਹਾ ਦੂਸਰਾ 'ਚ ਵੜਿਆ ਉਹ ਵੀ ਡੁੱਬ ਗਿਆ ਸੀ ਇੱਥੇ ਕਹਿੰਦੇ ਵੀ ਜਿਹਨਾਂ ਨੇ ਜਿਹੜੇ ਨਸ਼ੇ ਵੇਚਦੇ ਉਹਨਾਂ ਨੇ ਉਸ ਪਾਰ ਬੜੀ ਵੱਡੀਆਂ ਵੱਡੀਆਂ ਕੋਠੀਆਂ ਵੀ ਬਣਾ ਲਈਆਂ ਅੱਛਾ ਤੁਸੀਂ ਵੀ ਝੂਠ ਮਾਰਦੇ ਹੋ ਅਸੀਂ ਝੂਠ ਮਾਰਨੇ ਜਦੋਂ ਰਿਸ਼ਤਾ ਕਰਨੇ ਆ ਵੀ ਸਾਡਾ ਪੁਲ ਬਣ ਚਲੀ ਸਾਡੀ ਪੁਲ ਮਨਜ਼ੂਰ ਹੈ ਸਾਡੀ ਸੜਕ ਬਣ ਗਈ ਸਾਨੂੰ ਰਿਸ਼ਤਾ ਦੇ ਦਿਓ ਨਹੀਂ ਦੋਵੇਂ ਕੌਣ ਦਿੰਦਾ ਹੈ ਉਹ ਸਾਡੀ ਕੱਚੀ ਜ਼ਮੀਨ ਅੱਗੇ ਗੱਲ ਕਰਨੀ ਉੱਥੇ ਟਾਵਰ ਬਣਨਾ ਸੀ ਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਕੱਚੀ ਤਾਂ ਉਹਨਾਂ ਜਵਾਬ ਦੇ ਦਿੱਤਾ ਕਿਸੇ ਨੇ ਮੱਛੀ ਵਾਸਤੇ ਪ੍ਰੋਗਰਾਮ ਬਣਾਇਆ ਸੀ ਤਲਾਤ ਨੂੰ ਬਣਵਾ ਲਿਆ ਪਹਿਲਾਂ ਜਦੋਂ ਮੌਕੇ 'ਤੇ ਆਣ ਕੇ ਵੇਖਿਆ ਤਾਂ ਉਹਦੀ ਮਾਲਕੀ ਨਹੀਂ ਸੀ ਉਹਨੂੰ ਜਵਾਬ ਦੇ ਦਿੱਤਾ ਇਸ ਤਰ੍ਹਾਂ ਪਰੇਸ਼ਾਨੀਆਂ ਹੋ ਜਾਂਦੀਆਂ ਜੇ ਮਾਲਕੀ ਹੋ ਜੇ ਤਾਂ ਫਿਰ ਕੋਈ ਦਿੱਕਤ ਨਹੀਂ ਰਹਿ ਜਾਂਦੀ ਹਾਂਜੀ ਲੋਲੀਪੌਪ ਆ ਜੀ ਜਿੰਨਾ ਦੇ ਦਿੱਤਾ ਅਸੀਂ ਲੈ ਲਿਆ ਜੀ ਫਿਰ ਕੀ ਕਰ ਸਕਦੇ ਹਾਂ ਜੀ ਜੰਗ ਲੱਗ ਗਈ ਤਾਂ ਫਿਰ ਤਾਂ ਮੈਨੂੰ ਉਹ ਇੱਕ ਛੋਟਾ ਜਿਹੜਾ ਪਿੱਛੇ ਜੰਗ ਹੋਇਆ ਉਹਦੇ ਪੂਰਾ ਪਤਾ ਹੈ ਪਰ ਜੰਗ ਤਾਂ ਜੰਗ ਹੀ ਹੈ ਨਾ ਉਹ ਤਾਂ ਲੱਗੇ ਹੀ ਨਾ ਬਾਕੀ ਜਦੋਂ ਹਾ ਇੱਕ ਸਾਲ ਛੱਡ ਕੇ ਹੜ ਆਉਂਦਾ ਸਾਡੇ ਪਾਸ ਇੱਥੇ ਜਿੱਥੇ ਆਪਾਂ ਖੜੇ ਨਾ ਇੱਥੇ ਹੀ ਪਾਣੀ ਲੱਗ ਗਿਆ ਸਾਰਿਆਂ ਦਾ ਸਾਰਾ ਸਮਾਨ ਲੁੱਟ ਜਾਂਦਾ ਬਸ ਇੱਥੇ ਵੀ ਇਹ ਚਲ ਟਾਈਮ ਪਾਸ ਹੀ ਕਰਨਾ ਉਹ ਕਰਨਾ ਕੀ ਪੰਤੀ ਸਾਥ ਲੈ ਕੇ ਅਸੀਂ ਅੱਜ ਪਿੰਡ ਕਾਲੂਵਾਲ ਆਏ ਹਾਂ ਸੜਕ ਨਹੀਂ ਹੈ ਦਰਿਆ ਪਾਰ ਜਾਣਾ ਪੈਂਦਾ ਹੈ ਹਰ ਪਾਰਟੀ ਨੂੰ ਮੌਕਾ ਮਿਲਿਆ ਪਰ ਉਹਨਾਂ ਦਾ ਦਿਲ ਇੰਨਾ ਵੀ ਨਹੀਂ ਉਹਦੇ ਵਿੱਚ ਤਰਸ ਆਇਆ ਕਿ ਇਹ ਲੋਕ ਕਿਸ ਤਰ੍ਹਾਂ ਰਹਿੰਦੇ ਨੇ ਔਰ ਇਹ ਨਹੀਂ ਕਿ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਇਹਦਾ ਅਨੇਕਾਂ ਮੌਤਾਂ ਹੋਈਆਂ ਨੇ ਕੋਈ ਉੱਥੇ ਡਿਸਪੈਂਸਰੀ ਨਹੀਂ ਹੈ ਕੋਈ ਹਸਪਤਾਲ ਨਹੀਂ ਹੈ ਰਾਤ ਨੂੰ ਕੋਈ ਬਿਮਾਰ ਹੋ ਜਾਏ ਤਾਂ ਉਹਨਾਂ ਕੋਲ ਕੋਈ ਚਾਰਾ ਨਹੀਂ ਉਹ ਕਿਸ ਤਰ੍ਹਾਂ ਹਸਪਤਾਲ ਜਾਣਗੇ ਦੇਖੋ ਬੱਚਿਆਂ ਦੇ ਦੰਦ ਵੀ ਖਰਾਬ ਹੈਗੇ ਨੇ ਕਿਉਂਕਿ ਇੱਥੇ ਆਰਓ ਨਹੀਂ ਹੈ ਮੈਂ ਵਾਰ ਵਾਰ ਐਮਐਲਏ ਸਾਹਿਬ ਨੂੰ ਬੇਨਤੀ ਕਰ ਰਹੀ ਹਾਂ ਪਲੀਜ਼ ਤੁਸੀਂ ਆ ਕੇ ਦੇਖੋ ਲੋਕਾਂ ਦਾ ਹਾਲ ਕੀ ਹੈ ਤੁਸੀਂ ਤਾਂ ਲੋਕਾਂ ਵਿੱਚ ਉੱਠੇ ਹੋਏ ਹੋ ਆਪ ਵਾਲੇ ਜਿਹੜੇ ਹੁਣ ਨਵੇਂ ਬਣੇ ਆ ਕਿੰਨਾ ਆਉਂਦੇ ਨੇ ਪੁੱਛ ਕੇ ਗਏ ਨੇ ਇੱਥੇ ਤੱਕ ਅਜੇ ਤੱਕ ਕੋਈ ਨਹੀਂ ਆਇਆ ਜਦੋਂ ਪਾਣੀ ਆ ਜਾਂਦਾ ਫਸਲ ਡੁੱਬ ਜਾਂਦੇ ਨੇ ਜਦੋਂ ਲੰਘਣਾ ਟੱਪਣਾ ਬੇੜੀਆਂ ਤੋਂ ਔਖਾ ਹੋ ਜਾਂਦਾ ਸਭ ਤੋਂ ਵੱਡਾ ਜੰਗ ਸਾਡਾ ਜੀ ਚਾਹੀਦਾ ਕੀ ਚਾਹੀਦਾ ਸਾਨੂੰ ਇੱਕ ਪੁਲ ਚਾਹੀਦੀ ਇੱਕ ਸਾਨੂੰ ਸਕੂਲ ਦੇ ਮਾਸਟਰ ਚਾਹੀਦੇ ਨੇ ਉਕਸਪਨ ਦੀ ਸਾਥ ਲੈ ਕੇ ਅਸੀਂ ਅੱਜ ਪਿੰਡ ਕਾਲੂਵਾਲ ਆਏ ਹਾਂ ਸੜਕ ਨਹੀਂ ਹੈ ਦਰਿਆ ਪਾਰ ਜਾਣਾ ਪੈਂਦਾ ਹੈ ਅਸੀਂ ਤਾਂ ਚਲੋ ਇੱਕ ਦਿਨ ਆਏ ਹਾਂ ਥੋੜ੍ਹੀ ਔਖ ਲੈ ਲਾਂਗੇ ਪਰ ਤੁਸੀਂ ਸੋਚੋ ਆਜ਼ਾਦੀ ਦੇ ਇੰਨੇ ਸਾਲ ਹੋ ਗਏ ਨੇ ਇੰਨੀਆਂ ਚੋਣਾਂ ਹਰ ਪਾਰਟੀ ਇੰਨੇ ਸਿਆਸਤਦਾਨ ਹਰ ਪਾਰਟੀ ਨੂੰ ਮੌਕਾ ਮਿਲਿਆ ਪਰ ਉਹਨਾਂ ਦਾ ਦਿਲ ਇੰਨਾ ਵੀ ਨਹੀਂ ਉਹਦੇ ਵਿੱਚ ਤਰਸ ਆਇਆ ਕਿ ਇਹ ਲੋਕ ਕਿਸ ਤਰ੍ਹਾਂ ਰਹਿੰਦੇ ਨੇ ਔਰ ਇਹ ਨਹੀਂ ਕਿ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਇਹਦਾ ਅਨੇਕਾਂ ਮੌਤਾਂ ਹੋਈਆਂ ਨੇ ਕੋਈ ਉੱਥੇ ਡਿਸਪੈਂਸਰੀ ਨਹੀਂ ਹੈ ਕੋਈ ਹਸਪਤਾਲ ਨਹੀਂ ਹੈ ਰਾਤ ਨੂੰ ਕੋਈ ਬਿਮਾਰ ਹੋ ਜਾਏ ਤਾਂ ਉਹਨਾਂ ਕੋਲ ਕੋਈ ਚਾਰਾ ਨਹੀਂ ਉਹ ਕਿਸ ਤਰ੍ਹਾਂ ਹਸਪਤਾਲ ਜਾਣਗੇ ਉਸ ਦੇ ਬਾਵਜੂਦ ਸਾਡੀ ਸਿਆਸਤ ਦਾ ਇੰਨਾ ਵੀ ਦਿਲ ਵਿੱਚ ਨਰਮੀ ਨਹੀਂ ਆਈ ਕਿ ਇਹਦੇ ਲਈ ਪੈਸਾ ਕੱਢ ਕੇ ਅਸੀਂ ਇੱਕ ਪੁੱਲ ਬਣਾ ਦਈਏ ਸਾਡੇ ਸਿਆਸਤ ਦੇ ਅਸੀਂ ਕਪਲੇ ਦੇਖੀਏ ਤਾਂ ਕਿੰਨੇ ਕਪਲੇ ਨਾ ਵੀ ਉਹ ਨਾ ਆਪਣੀ ਸੁਰੱਖਿਆ 'ਤੇ ਆਪਣੀ ਸਹੂਲਤਾਂ ਵਾਸਤੇ ਆਪਣੀ ਸਿਹਤ ਵਾਸਤੇ ਕਿੰਨਾ ਪੈਸਾ ਖਰਚਦੇ ਨੇ ਉਸ ਦੇ ਵਿੱਚ ਕੋਈ ਪੈਸੇ ਦੀ ਉਹਨਾਂ ਨੇ ਕਮੀ ਛੱਡੀ ਨਹੀਂ ਪਰ ਤੁਸੀਂ ਅੱਜ ਦੇਖੋ ਜਿਹੜਾ ਅਸੀਂ ਇੱਧਰ ਜਾ ਰਹੇ ਹਾਂ ਇੱਧਰ ਕਮੀ ਹੈ ਇੱਧਰ ਤਾਂ ਕਿਸੇ ਚੀਜ਼ ਦੀ ਤੁਸੀਂ ਕਹਿ ਹੀ ਨਹੀਂ ਸਕਦੇ ਹੋ ਸਿਰਫ ਇੱਕ ਚੀਜ਼ ਹੈ ਕਿ ਉਹ ਲੋਕ ਦ੍ਰਿੜ ਨੇ ਉਹਨਾਂ ਵਿੱਚ ਉਹਨਾਂ ਦੀ ਮਜਬੂਰੀ ਪੂਰੀ ਹੈ ਕਿ ਵੀ ਉਹਨਾਂ ਦੀ ਜ਼ਮੀਨ ਇੱਥੇ ਹੈ ਇਹ ਜ਼ਮੀਨ ਵਿਕਣੀ ਨਹੀਂ ਹੈ ਜ਼ਮੀਨ ਦਾ ਕੋਈ ਹੋਰ ਪੈਸਾ ਨਹੀਂ ਮਿਲਣਾ ਉਹਨਾਂ ਨੂੰ ਇੱਥੇ ਰਹਿਣਾ ਪਏਗਾ ਇੱਥੇ 4 ਘੰਟੇ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਦੀ ਜ਼ਮੀਨ ਉਸ ਪਾਰ ਹੈ ਉਹਨਾਂ ਨੇ ਜਾ ਕੇ ਉਹ 'ਚ ਪਾਣੀ ਲਾਉਣਾ ਹੈ ਕਿਸ ਤਰ੍ਹਾਂ ਦਾ ਹਾਲ ਹੋ ਗਿਆ ਅੱਜ ਇਹ ਬੱਚਾ ਇਸ ਆਜ਼ਾਦ ਭਾਰਤ ਵਿੱਚ ਪੈਦਾ ਹੋਇਆ ਹੈ 21ਵੀਂ ਸਦੀ ਵਿੱਚ ਆ ਗਿਆ ਹੈ ਜਿੱਥੇ ਅਸੀਂ ਦੂਜੇ ਪਲੈਨਟਸ 'ਤੇ ਘਰ ਬਣਾਉਣ ਦੀ ਸੋਚ ਰਹੇ ਹਾਂ ਕਹਿ ਰਹੇ ਹਾਂ ਜੀ ਉੱਥੇ ਜਾ ਕੇ ਰਹਾਂਗੇ ਅਸੀਂ ਰੋਬੋਟਸ ਨਾਲ ਕੰਮ ਕਰ ਰਹੇ ਇੱਕ ਪਾਸੇ ਦੁਨੀਆ ਉੱਥੇ ਚੱਲ ਪਈ ਹੈ ਅਸੀਂ ਕਹਿ ਰਹੇ ਹਾਂ ਜੀ ਭਾਰਤ ਸਭ ਤੋਂ ਦੁਨੀਆ ਦੀ 5ਵੀਂ ਅਮੀਰ ਦੇਸ਼ ਬਣ ਗਿਆ ਹੈਗਾ ਉਹ ਕਿਹੜੀ ਅਮੀਰੀ ਜਿਹੜੀ ਤੁਸੀਂ ਆਪਣੇ ਲੋਕਾਂ ਨੂੰ ਇੰਨੀ ਜੀ ਸਹੂਲਤ ਵੀ ਨਹੀਂ ਦੇ ਸਕਦੇ ਕੀ ਕਹੋਗੇ ਤੁਹਾਨੂੰ ਇਹ ਦਿਲ ਕਰਦਾ ਤੁਹਾਡੇ ਇੱਥੇ ਸੜਕ ਹੋਏ
ਸੜਕ ਚਾਹੀਦੀ ਹੈ ਮਨਿੰਦਰ ਇੱਥੇ ਮਨਿੰਦਰ ਬੋਲ ਪੁੱਲ ਚਾਹੀਦਾ ਹੈ ਪੁੱਲ ਚਾਹੀਦਾ ਆ ਤੁਸੀਂ ਦੱਸੋ ਕੀ ਕਹਿੰਦੇ ਹੋ ਤੇ ਤੁਹਾਡੀ ਕੋਈ ਆਵਾਜ਼ ਸੁਣਨੇ ਕੀ ਬੋਲੋਗੇ ਉਹਨਾਂ ਨੂੰ ਪੁੱਲ ਚਾਹੀਦਾ ਹੈ ਪੁੱਲ ਚਾਹੀਦਾ ਹੈ ਵੋਟਾਂ ਵਾਲੇ ਮੰਗਦੇ ਹੋ ਮੰਗਦਾਂ ਤੁਸੀਂ ਕੁਝ ਕਹਿੰਦੇ ਨਹੀਂ ਕਿ ਵੋਟ ਲੈ ਤੇ ਪੁੱਲ ਕਿੱਥੇ ਹੈ ਮੇਰਾ ਪੁੱਲ ਵੋਟ ਲੈ ਤੇ ਬਸ ਅੰਦਨ ਕਰ ਦਿਆਂ ਦੇ ਮੜ ਬਸ ਹਾਂ ਬਾਅਦ ਵਿੱਚ ਕੋਈ ਪੁੱਛਦਾ ਹੀ ਨਹੀਂ ਆ ਤੇ ਹਾਂ ਕੋਈ ਪੁੱਛਦਾ ਹੀ ਨਹੀਂ ਆ ਦੇ ਇੱਥੇ ਆਖੀ ਤੇ ਪੁੱਲ ਬਣਾ ਦੇ ਆਂਦੇ ਤੇ ਵੋਟਾਂ ਲੈ ਤੇ ਬਸ ਅਸੀਂ ਇਹ ਭਾਰਤ ਦੀ ਹਾਲਤ ਦੇਖ ਰਹੇ ਹਾਂ ਕਿੱਥੇ ਕਹਿੰਦੇ ਹਾਂ ਕਿ ਐਂਬੂਲੈਂਸ ਨਹੀਂ ਹੈਗੀ ਹੈ ਲੋਕ ਸਾਈਕਲ 'ਤੇ ਆਪਣੇ ਬਿਮਾਰਾਂ ਨੂੰ ਮਰੀਜ਼ਾਂ ਨੂੰ ਲੈ ਕੇ ਜਾ ਰਹੇ ਹੈ ਇੱਥੇ ਕੀ ਕਿੱਥੇ ਲੈ ਕੇ ਜਾਵਾਂਗੇ ਇਹ ਸੋਚਣ ਦੀ ਤਾਂ ਲੋੜ ਹੈਗੀ ਹੈ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਸੱਥ ਮਿਲਵਾਉਂਦੇ ਹਾਂ ਆਖਿਰਕਾਰ ਅਸੀਂ ਪਿੰਡ ਪਹੁੰਚ ਗਏ ਹਾਂ ਇਸ ਪਿੰਡ ਵਿੱਚ ਇੱਕ ਛੋਟਾ ਜਿਹਾ ਸਕੂਲ ਤੁਸੀਂ ਰਸਤੇ ਵਿੱਚ ਦੇਖਿਆ ਉਸ ਤੋਂ ਸਿਵਾ ਕੋਈ ਦੁਕਾਨ ਨਹੀਂ ਕੋਈ ਡਿਸਪੈਂਸਰੀ ਨਹੀਂ ਅਤੇ ਅੱਜ ਪੁੱਲ ਦਾ ਤਾਂ ਅਸੀਂ ਸਮਝਦੇ ਹਾਂ ਬਟ ਪੁੱਲ ਤੁਸੀਂ ਕਦੀ ਮੈਂ ਇਹ ਪੁੱਛਦੇ ਹਾਂ ਕਦੀ ਕਿਸੇ ਨੂੰ ਰੌਲਾ ਨਹੀਂ ਪਾਇਆ ਕਿ ਇੱਥੇ ਪੁੱਲ ਚਾਹੀਦਾ ਹੈਗਾ ਉਹ ਤੇ ਆਈ ਥਿੰਕ ਆਜ਼ਾਦੀ ਦਿਵਸ ਤੇ ਸਾਰੇ ਆਉਂਦੇ ਆ ਸਾਲ ਦੇ ਇੱਕ ਵਾਰੀ ਆਣੀ ਹੁੰਦੀ ਹੈ ਖਬਰ ਪਰ ਕਿਸੇ ਨੇ ਸੁਣਿਆ ਨਹੀਂ ਨਹੀਂ ਸੁਣਿਆ ਲਿਖ ਤੇ ਵੀ ਦਿੱਤਾ ਡੀਸੀ ਸਾਹਿਬ ਦੇ ਵੀ ਪੇਸ਼ ਹੁੰਦੇ ਰਹੇ ਤਾਂ ਸਾਡੇ ਪਿੰਡਾਂ ਦੇ ਲੋਕ ਜਾਂਦੇ ਰਹੇ ਆ ਲਾਰੇ ਹੀ ਲਾਉਂਦੇ ਆ ਤੁਸੀਂ ਵੀ ਵੋਟਾਂ ਦੇ ਲਾਰੇ ਲਾ ਦਿਆ ਕਰੋ ਨਾ ਪਾਇਆ ਕਰੋ ਵੋਟ ਵੋਟਾਂ ਕਿਸੇ ਨੂੰ ਸਫਾਉਣੀਆਂ ਪੈਂਦੀ ਤੁਸੀਂ ਸਭ ਨੂੰ ਹੀ ਪਾ ਲਈਆਂ ਵੈਸੇ ਭਾਜਪਾ ਨੂੰ ਵੀ ਪਾ ਲਈ ਅਕਾਲੀ ਦਲ ਨੂੰ ਵੀ ਪਾ ਲਈ ਕਾਂਗਰਸ ਨੂੰ ਵੀ ਪਾ ਲਈ ਆਪ ਨੂੰ ਵੀ ਪਾ ਲਈ ਆਪ ਵਾਲੇ ਜਿਹੜੇ ਹੁਣ ਨਵੇਂ ਬਣੇ ਆ ਕਿੰਨਾ ਆਉਂਦੇ ਨੇ ਪੁੱਛ ਕੇ ਗਏ ਨੇ ਇੱਥੇ ਤੱਕ ਅਜੇ ਤੱਕ ਕੋਈ ਨਹੀਂ ਆਇਆ ਨਹੀਂ ਜਿੱਤਣ ਤੋਂ ਬਾਅਦ ਐਮਐਲਏ ਸਾਹਿਬ ਨਹੀਂ ਆਏ ਐਮਐਲਏ ਸਾਹਿਬ ਨਹੀਂ ਪਿੰਡ 'ਚ ਇੱਥੇ ਪਹਿਲੇ ਆਏ ਸੀ ਵੋਟਾਂ ਇਲੈਕਸ਼ਨ ਵਿੱਚ ਆਉਂਦੇ ਰਹੇ ਮੈਂ ਇਲੈਕਸ਼ਨ 'ਚ ਆਉਂਦੇ ਇਲੈਕਸ਼ਨ 'ਚ ਸਾਰੀਆਂ ਪਾਰਟੀਆਂ ਆਉਂਦੀਆਂ ਵੋਟਾਂ ਵਾਲੇ ਸਾਰੇ ਆਉਂਦੇ ਤੇ ਜਿਹੜੇ ਪਹਿਲੇ ਪਿੰਕੀ ਸੀ ਉਹ ਵੀ ਨਹੀਂ ਆਉਂਦੇ ਸੀ ਜਿੱਤਣ ਤੋਂ ਬਾਅਦ ਵੋਟਾਂ ਲੈਣ ਆਉਂਦੇ ਸੀ ਵੋਟਾਂ ਲੈਣ ਵੇਲੇ ਸਾਰੇ ਵਾਅਦੇ ਪੂਰੇ ਕਰਕੇ ਜਾਂਦੇ ਵੀ ਵਾਅਦੇ ਕਰਦੇ ਵੀ ਅਸੀਂ ਆ ਕਰਾਂਗੇ ਆ ਕਰਾਂਗੇ ਵੋਟਾਂ ਲੈ ਕੇ ਉਸ ਤੋਂ ਬਾਅਦ ਸਾਲ ਜਿੰਨਾ ਚਿਰ ਮਤਲਬ ਜੁਮਲੇ ਦੇ ਜਾਂਦੇ ਨੇ ਤੇ ਤੁਸੀਂ ਲੈ ਲੈਂਦੇ ਹੋ ਹਾਂਜੀ ਲੋਲੀਪੌਪ ਆ ਜੀ ਜਿੰਨਾ ਦੇ ਤਾਂ ਅਸੀਂ ਲੈ ਲਿਆ ਜੀ ਫਿਰ ਕੀ ਕਰ ਸਕਦੇ ਆ ਜੀ ਮਾੜੀ ਲੋਲੀਪੌਪ ਦੇ ਨਾਲ ਕੁਝ ਹੋਰ ਮਿਲਿਆ ਸੀਗਾ ਨਹੀਂ ਹਾਲੇ ਤੱਕ ਤਾਂ ਕੁਝ ਨਹੀਂ ਮਿਲਿਆ ਨਹੀਂ ਕੁਝ ਦਿੰਦੇ ਆ ਵੋਟ ਪਾਣ ਲਈ ਕਿ ਐਵੇਂ ਮੁਫਤ ਪਾਤੀ ਵੋਟ ਨਹੀਂ ਜੀ ਆਪਾਂ ਨਹੀਂ ਲਿਆ ਜੀ ਹੋਰ ਤਾਂ ਆਪਾਂ ਨੂੰ ਪਤਾ ਨਹੀਂਗਾ ਆਪਾਂ ਨਹੀਂ ਆਪਾਂ ਤਾਂ ਵੋਟ ਹੀ ਪਾਈ ਹੈ ਜੀ ਮੁਫਤ ਚ ਪਾ ਗਏ ਵੋਟ ਤੁਸੀਂ ਵੋਟ ਮੁਫਤ ਹੀ ਪਾਈ ਦੀ ਅੱਛਾ ਹਾਂਜੀ ਪੁੱਲ ਬਿਨਾਂ ਸਭ ਤੋਂ ਵੱਡੀ ਦਿੱਕਤ ਕੀ ਹੈ ਉਹਦੇ ਬਾਰੇ ਕੋਈ ਦੱਸਣਾ ਚਾਹੇਗਾ ਬੀਬੀਆਂ ਤੁਸੀਂ ਦੱਸੋ ਪੁੱਲ ਨਾ ਹੋਣ ਕਰਕੇ ਕੀ ਸਭ ਤੋਂ ਵੱਡੀ ਦਿੱਕਤ ਹੈ ਤੂੰ ਤੁਹਾਡਾ ਵਿਆਹ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਵਿਆਹ ਕਿੱਥੋਂ ਹੋਇਆ ਤੇ ਉੱਥੋਂ ਇੱਥੇ ਭੇਜਿਆ ਉਹਨਾਂ ਨੇ ਉਦੋਂ ਉਹਨਾਂ ਨੇ ਕਿਹਾ ਸੀ ਸਾਡਾ ਪੁੱਲ ਬਣ ਜਾਏਗਾ ਕੁੜੀ ਦੇ ਦਿਓ ਅੱਛਾ ਤੁਸੀਂ ਵੀ ਝੂਠ ਮਾਰਦੇ ਹੋ ਅਸੀਂ ਝੂਠ ਮਾਰਨਾ ਜਦੋਂ ਰਿਸ਼ਤਾ ਕਰਨੇ ਵੀ ਸਾਡਾ ਪੁੱਲ ਬਣ ਚਲੀ ਸਾਡੀ ਪੁੱਲ ਮਨਜ਼ੂਰ ਹੈ ਸਾਡੀ ਸੜਕ ਬਣ ਗਈ ਸਾਨੂੰ ਰਿਸ਼ਤਾ ਦੇ ਦਿਓ ਨਹੀਂ ਤਾਂ ਉਹਵੇਂ ਕੌਣ ਦਿੰਦਾ ਹੈ ਇੱਥੇ ਕੁਆਰੇ ਵੀ ਬੈਠੇ ਨੇ ਉਸ ਕਰਕੇ ਬੈਠੇ ਹੋਣਗੇ ਕਈ ਬੰਦੇ ਵਿੱਚ ਕੇ ਤੁਹਾਡੇ ਹੁਣ ਵਿਆਹ ਨਹੀਂ ਹੋ ਰਹੇ ਨਹੀਂ ਜੀ ਛੇਤੀ ਨਾਲ ਨਹੀਂ ਹਾਂ ਅੱਜ ਹੋਇਆ ਬਾਕੀਆਂ ਦੇ ਔਖੇ ਕੁੜੀਆਂ ਨਹੀਂ ਦਿੰਦੇ ਅੱਛਾ ਹੁਣ ਤਾਂ ਚਿੱਟੇ ਵਾਲ ਹੋ ਗਏ ਹੁਣ ਤਾਂ ਹੋਣਾ ਵੀ ਨਹੀਂ ਹੈ ਇਹ ਤਾਂ ਬੜੇ ਛੋਟੇ ਨੇ ਤਾਂ ਦੇਖੋ ਜੀ ਮੁੰਡਿਆਂ ਦੇ ਵਿਆਹ ਹੋਣੇ ਵੀ ਬੰਦ ਹੋ ਗਏ ਹੈ ਤੁਹਾਨੂੰ ਟੈਨਸ਼ਨ ਹੁੰਦੀ ਹੋਣੀ ਹੈ ਬੜੀ ਟੈਨਸ਼ਨ ਹੁੰਦੀ ਹੈ ਤੁਹਾਡੇ ਘਰ ਬੱਚੇ ਕਿੰਨੇ ਬੱਚੇ ਸਾਡੇ ਪੰਜ ਨੇ ਪ੍ਰੋਬਲਮ ਬੜੀ ਹੁੰਦੀ ਹੈ ਪੜ੍ਹਨ ਲਈ ਪੰਜ ਬੱਚੇ ਨੇ ਕੁੜੀਆਂ ਮੁੰਡੇ ਤਿੰਨ ਕੁੜੀਆਂ ਨੇ ਦੋ ਮੁੰਡੇ ਨੇ ਤੇ ਕਿੱਥੇ ਰਹਿੰਦੇ ਤੁਸੀਂ ਇੱਧਰ ਰਹਿੰਦੇ ਉੱਧਰ ਰਹਿੰਦੇ ਹੋ ਇੱਧਰ ਵੀ ਰਹਿੰਦੇ ਤੂੰ ਉੱਧਰ ਥਾਂ ਬਣਾਈ ਸੁੱਕ ਤੇ ਆਖੀ ਦਾ ਵੀ ਨਹੀਂ ਗਿਆ ਜਾਂਦਾ ਪਾਣੀ 'ਚ ਡਿੱਗ ਪੈਣ ਬੱਚੇ ਤਾਂ ਮੁੜ ਇੱਦਾਂ ਪਾਣੀ 'ਚ ਡਿੱਗੇ ਨੇ ਬੱਚੇ ਕੋਈ ਡਿੱਗ ਪੈਂਦੇ ਨੇ ਕਿ ਅੱਗੇ ਬੜੇ ਡਿੱਗ ਪੈਂਦੇ ਨੇ ਤੇ ਤੁਹਾਨੂੰ ਤੈਰਨਾ ਆਉਂਦਾ ਹੈ ਨਾ ਜੀ ਸਾਨੂੰ ਨਹੀਂ ਤੈਰਨਾ ਤੁਸੀਂ ਬੀਬੀਆਂ ਨੂੰ ਤੈਰਨਾ ਵੀ ਨਹੀਂ ਸਿਖਾਇਆ ਵੀ ਹੁਣ ਜਾਣਾ ਤੇ ਤੈ ਹਾਂਜੀ ਤੁਹਾਨੂੰ ਵੀ ਨਹੀਂ ਆਉਂਦਾ ਪਰ ਤੈਰਨਾ ਤਾਂ ਸਿੱਖਣਾ ਚਾਹੀਦਾ ਹੈ ਨਾ ਨਹੀਂ ਅਸੀਂ ਦਰਿਆ ਦਰਿਆ ਤੇ ਪਰ ਨਹੀਂ ਸਿੱਖਿਆ ਨਾ ਨਹੀਂ ਹੁਣ ਦੀ ਪਨੀਰੀ ਜਿਹੜੀ ਹੈ ਨਾ ਉਹ ਸਾਡੀ ਕੋਈ ਕੋਣੀ ਵੱਲ ਸਿੱਖਦੀ ਮਿਹਨਤੀ ਬੰਦੇ ਨੇ ਜਾਂ ਦਿਹਾੜੀ ਕਰੇ ਰੋਟੀ ਪਕਾਉਣ ਤੇ ਜਾਂ ਕਰਨ ਦਾ ਵੱਲ ਸਿੱਖਣ ਪਰ ਇਹ ਤਾਂ ਹੁਣ ਜਾਣਾ ਹੈ ਰੋਜ਼ ਦੀ ਦਿੱਕਤ ਹੈ ਜੇ ਰੋਜ਼ ਨਹੀਂ ਨਾ ਐਵੇਂ ਕੱਪੜੇ ਲਾ ਕੇ ਦਰਿਆ ਵਿੱਚੋਂ ਲੰਘਿਆ ਜਾਂਦਾ ਦਰਿਆ ਵਿੱਚ ਤਾਂ ਗੰਦਗੀ ਬੜੀ ਹੈ ਸਾਰਾ ਪਾਣੀ ਜੋ ਗੰਦਾ ਲੁਧਿਆਣੇ ਦਾ ਕਸੂਰ ਸ਼ਹਿਰ ਦਾ ਇਧਰੋਂ ਸਾਰਾ ਵਿੱਚੇ ਦੇ ਆਉਂਦਾ ਵਿੱਚ ਇਹਦੇ 100 ਚੀਜ਼ਾਂ ਗੰਦੀਆਂ ਨੇ ਤੇ ਸਫਾਈ ਵੀ ਨਹੀਂ ਕੋਈ ਕਰਦਾ ਹਾਂਜੀ ਇਹਦੇ ਵਿੱਚੋਂ ਲੰਘ ਜਾਓ ਤੇ ਪੈਰ ਕਾਲੇ ਹੋ ਜਾਂਦੇ ਨੇ ਹੁਣ ਤਾਂ ਬਰਸਾਤਾਂ ਕਰਕੇ ਪਾਣੀ ਕੋਈ ਠੀਕ ਦਿਸਦਾ ਹੈ ਨਾ ਜਦੋਂ ਬਰਸਾਤਾਂ ਮੁੱਕ ਗਈਆਂ ਤੇ ਉਹ ਸਾਰਾ ਪਾਣੀ ਮਤਲਬ ਕਾਲਾ ਹੋ ਜਾਂਦਾ ਮਤਲਬ ਤੁਹਾਨੂੰ ਇੱਥੇ ਬਿਲਕੁਲ ਭੁਲਾ ਦਿੱਤਾ ਗਿਆ ਹੋਇਆ ਤੁਹਾਨੂੰ ਪੰਜਾਬ ਸਰਕਾਰ ਤੋਂ ਕੋਈ ਤੁਹਾਡੀ ਇਸ ਇਲਾਕੇ ਸਾਰਿਆਂ ਨੂੰ ਸਰਕਾਰ ਨੇ ਭੁਲਾ ਛੱਡਿਆ ਦੋ ਭਰਾ ਕਿੱਦਾਂ ਸ਼ਹਿਰ ਗਏ ਸੀ ਜੀ ਹਟ ਕੇ ਆਏ ਸੀ ਬੇੜੀ ਇਸ ਕਿਨਾਰੇ ਸੀ ਉਸ ਕਿਨਾਰੇ ਹੈਗੇ ਸੀ ਉਹਨਾਂ ਸਮਝਿਆ ਚੱਲ ਵੀ ਅਸੀਂ ਜਾ ਕੇ ਤੈਰ ਕੇ ਲੈ ਆਵਾਂਗੇ ਉਹ ਜਦੋਂ ਤੈਰਨ ਲੱਗਿਆ ਉੱਥੋਂ ਤੈਰਿਆ ਤੇ ਉਹਨੂੰ ਪੋਤੇ ਆਉਣੇ ਸ਼ੁਰੂ ਹੋ ਗਏ ਦੂਸਰੇ ਭਾਈ ਨੇ ਵੇਖਿਆ ਕਿ ਡੁੱਬ ਰਿਹਾ ਦੂਸਰਾ ਚ ਵੜਿਆ ਉਹ ਵੀ ਡੁੱਬ ਗਿਆ ਜੀ ਦੋਨੇ ਇਕੱਠੇ ਮਰ ਗਏ ਦੋਨੇ ਕਿੰਨੀ ਉਮਰ ਸੀ ਐਸੀ ਜੀ 40 45 45 ਸਾਲ
ਤਾਂ ਵੀ ਕਿਸੇ ਸਰਕਾਰ ਨੂੰ ਦਰਦ ਨਹੀਂ ਹੋਇਆ, ਸ਼ਰਮ ਨਹੀਂ ਆਈ? ਹਾਂਜੀ ਬਾਬਾ, ਉਹ ਤਾਂ ਮੈਂ ਇਹ ਡੀਸ ਦੇ ਪੇਸ਼ ਵੀ ਹੁੰਦਾ ਰੱਖਣਾ, ਕਿਸੇ ਨੇ ਵੀ ਕੋਈ ਸਾਡੀ ਗੱਲ ਨਹੀਂ ਸੁਣੀ ਕਿਸੇ ਤਰ੍ਹਾਂ। ਤੇ ਇੱਥੇ ਤੁਹਾਨੂੰ ਪੁਲਿੰਗ ਤਾਂ ਡਿਸਪੈਂਸਰੀ ਦਿੱਤੀ ਹੈ ਜਾਂ ਕਿ ਇੱਥੇ ਕਿੰਨੇ ਲੋਕ ਰਹਿੰਦੇ ਹੋਣੇ? ਕਿੰਨੇ ਲੋਕ? ਸਕੂਲ ਹੀ ਆ ਜੀ ਸਾਡੇ, ਬਸ ਇੱਕ ਸਕੂਲ ਹੈ ਜਿੱਥੇ ਬਾਕੀ ਕੋਈ ਪਰਮਾਨੈਂਟ ਟੀਚਰ ਨਹੀਂ ਹੈਗਾ ਜੀ। ਪਰਮਾਨੈਂਟ ਟੀਚਰ ਨਹੀਂ ਹੈ ਤੇ ਮਰਜ਼ੀ ਦੇ ਜਦ ਮਰਜ਼ੀ ਆ ਜਾਣ? ਹਾਂਜੀ, ਜੋ ਮਰਜ਼ੀ ਆਣ, ਜੋ ਮਰਜ਼ੀ ਜਾਣ। ਬੱਚਿਆਂ ਦਾ ਕੋਈ ਡਿਊਟੀ ਲਾਈ ਆ, ਜੇ ਡਿਊਟੀ ਹੈਗੀ ਹੈ ਤੇ ਇੱਥੋਂ ਪਿੱਛੇ ਆ ਕੇ ਉਹ ਆਪਣੀ ਬਦਲੀ ਕਿਸੇ ਨਾ ਕਿਸੇ ਤਰ੍ਹਾਂ ਬਦਲੀ ਕਰਵਾ ਕੇ ਚਲੇ ਜਾਂਦੇ ਆ। ਅੱਛਾ, ਉਹਨਾਂ ਨੂੰ ਵੀ ਤਾਂ ਪੁੱਲ ਤੇ ਆਉਂਦੇ? ਹਾਂਜੀ, ਉਹਨਾਂ ਨੂੰ ਵੀ ਦਿੱਕਤ ਹੁੰਦੀ ਹੈ। ਚਲੋ ਕੋਈ 2 ਮਹੀਨੇ ਵਿੱਚ ਪੁੱਲ ਲੱਗ ਜਾਂਦਾ ਤੇ ਉਸ ਤੋਂ ਬਾਅਦ ਫਿਰ ਸਾਰਾ ਸਾਲ ਬੱਚਿਆਂ ਦਾ ਔਖਾ ਹੈ। ਤੇ ਬੱਚੇ ਫਿਰ ਪੜ੍ਹਨ ਉਹ ਦੂਜੇ ਪਿੰਡ ਜਾਂਦੇ ਆ ਜੀ? ਪਿਛਲੇ ਪਿੰਡ ਜਾਂਦੇ ਆ, ਕੋਈ ਪਹੁੰਚ ਗਏ, ਕਦੇ ਕੋਈ ਨਾ ਪਹੁੰਚ ਗਏ, ਕਿ ਮਾਂ ਬਾਪ ਹਰ ਰੋਜ਼ ਤਾਂ ਛੱਡ ਨਹੀਂ ਸਕਦੇ। ਜਿਸ ਦਿਨ ਟਾਈਮ ਮਿਲਿਆ ਛੱਡ। ਕੋਈ ਬੱਸ ਨਹੀਂ ਲਈ ਸਕੂਲ ਨੇ? ਬੱਸ ਕੀ ਮੈਮ, ਇੱਥੇ ਤਾਂ ਬੰਦੇ ਨੂੰ ਪੈਦਲ ਆਉਣਾ ਵੀ ਔਖਾ, ਬੱਸ ਤਾਂ ਕੀ ਵੀ ਹੋਣਾ। ਤੁਸੀਂ ਚੱਲ ਕੇ ਆਏ ਆ, ਤੁਸੀਂ ਦੇਖਿਆ ਹੀ ਉਹ, ਤੁਸੀਂ ਚੱਲ ਕੇ ਪਿੱਛੇ, ਤੁਹਾਡੀਆਂ ਗੱਡੀਆਂ ਪਿੱਛੇ ਰੁਕ ਗਈਆਂ, ਕਿਉਂ ਨਾ 40 ਲੱਖ ਦੀ ਗੱਡੀ ਹੋਵੇ ਆਪਣੇ ਕੋਲ? ਜੇ ਉਹ ਕਿਤੇ ਆਪਣੇ ਕੰਮ ਹੀ ਨਹੀਂ ਆਉਣੀ ਤਾਂ ਉਹਦਾ ਫਾਇਦਾ ਵੀ ਨਹੀਂਗਾ ਕਿਸੇ ਵੀ ਚੀਜ਼ ਦਾ। ਤੇ ਇੱਥੇ ਪਿੰਡ ਵਿੱਚ ਕਿੰਨੇ ਲੋਕ ਰਹਿੰਦੇ ਨੇ? ਕਿੰਨੇ ਹੋਣਗੇ ਜੀ? 1500 ਲੋਕ ਹੈਗੇ ਨੇ। ਸੋ ਜਾਂ 1500 ਲੋਕਾਂ ਲਈ ਸਰਕਾਰ ਕੋਲ ਪੈਸਾ ਨਹੀਂ ਹੈ ਨਾ, ਉਹ 15 ਕਰੋੜ ਤਾਂ ਨਹੀਂ ਖੜ ਸਕਦੇ। ਤੇ ਇਹਨਾਂ ਲਈ ਹੁਣ ਸਕੂਲ ਟੀਚਰ ਕੋਈ ਨਹੀਂ ਹੈਗੀ ਹੈ? ਟੀਚਰ ਕੱਚੇ ਨੇ, ਟੀਚਰ ਇਧਰ ਕੱਚੇ ਆ। ਅੱਜ ਆਈ ਹੋਈ ਕੀ ਨੇ? ਅੱਜ ਵੀ ਨਹੀਂ ਆਈ। ਹਾਂ, ਅੱਛਾ, ਐਤਵਾਰ ਹੈ। ਪਰ ਵੈਸੇ ਆਉਂਦੇ ਆ ਸਕੂਲ ਅੱਜ ਕੱਲ੍ਹ ਕੋਈ ਆ ਰਿਹਾ ਟੀਚਰ? ਮੈਡਮ ਜੀ ਆਉਂਦੇ ਆ। ਪ੍ਰੋਬਲਮ ਹੁੰਦੀ ਹੈ ਫਿਰ ਕਿਸੇ ਵਾਰ ਨਹੀਂ ਵੀ ਆਇਆ ਜਾਂਦਾ ਉਹਨਾਂ ਕੋਲ। ਹਾਂ, ਵੀ ਜਦੋਂ ਬੇੜੀ ਦੀ ਪ੍ਰੋਬਲਮ ਹੁੰਦੀ ਹੈ, ਹਾਂ, ਵੀ ਮਿਲਾ ਵੀ ਨਹੀਂ ਇੱਥੇ ਰੱਖਿਆ ਗਿਆ, ਕਿੰਨਾ ਪੜ੍ਹੇ ਹੋਏ ਨੇ? ਪੜ੍ਹਦੇ ਨੇ? ਕਿੰਨਾ ਪੜ੍ਹੇ ਤੁਸੀਂ? ਕਿੰਨਾ ਪੜ੍ਹੇ ਹੋ? ਗ੍ਰੈਜੂਏਸ਼ਨ ਕਿੱਦਾਂ ਕੀਤੀ? ਐਸੀ ਸਕੂਲ ਚੋਂ ਪੜ੍ਹ ਕੇ ਗਏ ਹੋ? ਨਹੀਂ ਮੈਮ, ਇੱਥੇ ਪੜ੍ਹੇ ਸੀ, ਪਰ ਉਸ ਤੋਂ ਬਾਅਦ ਗੱਟੀ ਰਾਜੋ ਕੇ ਉਸ ਤੋਂ ਬਾਅਦ ਆਪਣੇ ਮੋਕ ਮਖਾ। ਤੇ ਬੜੀ ਹਿੰਮਤ ਨਾਲ ਪੜ੍ਹਾਈ ਖਤਮ ਕੀਤੀ? ਹਾਂਜੀ ਮੈਮ। ਤੁਹਾਨੂੰ ਦੁਬਾਰਾ ਪ੍ਰਿੰਸੀਪਲ ਸਰ ਦੀ ਸਪੋਰਟ ਸੀ ਗੱਟੀ ਰਾਜੋ ਕੇ, ਡਾਕਟਰ ਸਤਿੰਦਰ ਸਿੰਘ ਦੀ, ਉਹਨਾਂ ਦੀ ਹੈਲਪ ਨਾਲ ਹੀ ਮੈਂ ਅੱਜ ਇੱਥੇ ਤੱਕ ਪਹੁੰਚਾ। ਤੇ ਹੋਰ ਕਿੰਨੇ ਬੱਚੇ ਪੜ੍ਹੇ ਨੇ ਇੱਥੋਂ? ਕਿੰਨੇ ਪੜ੍ਹੇ ਨੇ? ਕਿੰਨਾ ਪੜ੍ਹੇ ਹੋ? ਪਲੱਸ 2 ਕਰ ਲਈ? ਕਰਦੇ ਵੀ ਤੁਸੀਂ ਸਾਰੇ? ਜਾਂਦੇ ਹੋ? ਜਾਂਦੇ ਹੋ? ਕਿੱਦਾਂ ਜਾਂਦੇ ਹੋ? ਬੇੜੀ 'ਚ ਜਾਂਦੇ ਹੋ? ਕਿੰਨੇ ਵਜੇ? 6 ਵਜੇ। ਤੇ ਸਾਈਕਲ ਤੁਰਦੇ ਜਾਂਦੇ ਹੋ? ਸਾਈਕਲ ਨਹੀਂ ਲਏ ਹੋਏ? 6 ਕਿਲੋਮੀਟਰ। ਸੋ ਇਸ ਤੋਂ ਇਲਾਵਾ ਕੋਈ ਦਿੱਕਤ ਹੈ? ਪੰਜਾਬ ਵਿੱਚ ਸਾਰਾ ਕਹਿੰਦੇ ਕਿ ਨਸ਼ਾ ਬਹੁਤ ਵਿਕ ਰਿਹਾ ਔਰ ਇਹ ਬਾਰਡਰ ਪਾਰ ਹੀ ਆਉਂਦਾ, ਤੁਸੀਂ ਕੀ ਕਹਿੰਦੇ ਹੋ ਉਹਦੇ ਬਾਰੇ? ਸਾਡੇ ਇੱਥੋਂ ਦੇ ਪਿੰਡ ਵਾਲੇ ਲੋਕ, ਜਿੰਨਾ ਵੀ ਸਾਡਾ ਪਿੰਡ ਹੈ, ਦੂਜੇ ਪਿੰਡ ਦਾ ਅਸੀਂ ਕੁਛ ਨਹੀਂ ਕਹਿੰਦੇ। ਸਾਡੇ ਪਿੰਡ ਦਾ ਇਹੋ ਜੈਨਸ ਕੋਈ ਵੀ ਨਹੀਂ ਬੰਦਾ ਜੋ ਇੱਥੇ ਕੋਈ ਨਸ਼ਾ ਨਹੀਂ ਲੈਂਦਾ। ਨਹੀਂ, ਕੋਈ ਨਸ਼ਾ ਨਹੀਂ ਲੈਂਦਾ, ਨਾ ਕੋਈ ਕਰਦਾ ਵਾ। ਇੱਥੇ ਕੋਈ ਨਸ਼ਾ ਵਿਕਦਾ ਨਹੀਂ, ਕੋਈ ਨਸ਼ਾ ਲੈਂਦਾ ਨਹੀਂ। ਇਹਦੇ ਬਦਨਾਮੀ ਸਿਰਫ ਇੱਥੋਂ ਦੀ ਬਾਰਡਰ ਦੇ ਨਾਲ ਨਾਲ ਬਦਨਾਮੀ ਲੋਕਾਂ ਦੀ ਵੀ, ਇੱਥੋਂ ਨਸ਼ਾ ਵਿਕਦਾ, ਇੱਥੇ ਨਸ਼ਾ ਲੰਘਦਾ। ਕਿਸੇ ਤਾਰ ਏਡੀ ਸੰਘਣੀ ਵਿੱਚੋਂ ਚਿੜੀ ਨਹੀਂ ਟੱਪ ਸਕਦੀ, ਅਤੇ ਬੰਦੇ ਤਾਂ ਟੱਪਣਾ ਹੀ ਕੀ ਹੈ। ਨਸ਼ਾ ਮੈਮ ਜਦੋਂ ਵੀ ਫੜਿਆ ਜਾਂਦਾ ਇੱਥੋਂ ਤਕਰੀਬਨ ਜ਼ਿਆਦਾ ਨਹੀਂ ਤਾਂ 50-60 ਕਿਲੋਮੀਟਰ ਦੂਰੀ 'ਤੇ ਫੜਿਆ ਜਾਂਦਾ, ਪਰ ਅੰਦਰ ਜਾ ਕੇ ਫੜਿਆ ਜਾਂਦਾ ਨਾ, ਇੱਥੇ ਨਹੀਂ ਫੜਿਆ ਜਾਂਦਾ ਅੰਦਰ। ਮੈਮ ਅੰਦਰ ਅਜੇ ਤੱਕ ਤਾਂ ਕਦੇ ਅਸੀਂ ਹੁਣ ਅੰਦਰ ਵੀ ਖੇਤੀ ਹੈਗੀ ਸਾਡੀ, ਕਿਸੇ ਨੇ ਅਜੇ ਤੱਕ ਕੋਈ ਇਹੋ ਜਿਹਾ ਸਾਡੇ ਵਿੱਚ ਬੰਦਾ ਹੀ ਹੈ ਨਹੀਂ ਜਿੰਦਾ ਅਸੀਂ ਕੁਛ ਕਹਿ ਸਕੀਏ, ਕੋਈ ਬੰਦਾ ਨਹੀਂ ਵੀ ਜਿਹੜਾ ਇਹੋ ਜਿਹਾ ਕੋਈ ਕੰਮ ਕਰੂਗਾ, ਕਿਉਂ ਰੋਟੀ ਇੱਥੋਂ ਸਾਡੀ ਔਖੀ ਹੈ। ਜੇਕਰ ਇਹ ਰੋਟੀ ਗਵਾ ਕੇ ਇਸ ਤੋਂ ਜ਼ਿਆਦਾ ਔਖੀ ਕਰਨੀ, ਉਹ ਤਾਂ ਕਰਨੀ ਚਾਹੂਗਾ ਨਹੀਂ। ਇੱਥੇ ਕਹਿੰਦੇ ਵੀ ਜਿਨ੍ਹਾਂ ਦੇ ਜਿਹੜੇ ਨਸ਼ੇ ਵੇਚਦੇ ਉਹਨਾਂ ਨੇ ਉਸ ਪਾਰ ਬੜੀ ਵੱਡੀਆਂ ਵੱਡੀਆਂ ਕੋਠੀਆਂ ਵੀ ਬਣਾ ਲਈਆਂ। ਹਾਂਜੀ, ਹੁਣ ਇੱਥੇ ਦੇਖੋ ਨਿਕਲੇ ਹੀ ਹੋ, ਕਿੰਨੀਆਂ ਕੁ ਕੋਠੀਆਂ ਆਪਣੀਆਂ ਹੈਗੀਆਂ ਜੀ। ਜੇਕਰ ਇੱਥੋਂ ਕੋਈ ਬੰਦਾ ਕੰਮ ਕਰਦਾ ਹੁੰਦਾ ਤੇ ਉਹਨੇ ਇੱਥੇ ਥੋੜ੍ਹੀ ਰਹਿਣਾ ਸੀ, ਸ਼ਹਿਰ ਜਾ ਕੇ ਚੰਗੀ ਕੋਠੀ ਲੈਂਦਾ, ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੰਦਾ ਜਾ ਕੇ। ਤਕੜੇ ਬੰਦੇ ਇੱਥੋਂ ਨਸ਼ਾ ਦਾ ਵਪਾਰ ਕਰਦੇ ਨੇ, ਚੱਲਦਾ ਹੈ ਵਪਾਰ, ਵਪਾਰ ਚੱਲਦਾ ਹੈ ਇੱਥੋਂ। ਇੱਥੋਂ ਅੱਗੇ 2-3 ਵਾਰ ਫੌਜੀਆਂ ਫੜ ਰਹੀ ਹੈ, ਫੜਿਆ ਗਿਆ ਦੇਖੋ, ਫੜਿਆ ਫੜਿਆ ਜਾਂਦਾ ਬੰਦਾ, ਤੇ ਪਿੱਛੋਂ ਦੇ ਫੜਦੇ ਨੇ, ਇੱਥੋਂ ਦਾ ਬੰਦਾ ਆਪਣੀ ਰੋਟੀ ਮਾਹਾ ਪੂਰੀ ਕਰਦਾ। ਤੁਹਾਨੂੰ ਜੇ ਇੱਕ ਪੁੱਲ ਮਿਲ ਜਾਏ ਸਰਕਾਰ ਤੋਂ, ਹੋਰ ਕੁਝ ਨਹੀਂ ਚਾਹੀਦਾ? ਹੋਰ ਤਾਂ ਮੈਂ ਇੱਕ ਹੋਰ ਵੀ ਸਹੂਲਤਾਂ ਚਾਹੀਦੀਆਂ ਹਨ, ਜਿਵੇਂ ਡਿਸਪੈਂਸਰੀ ਵਗੈਰਾ ਵੀ ਚਾਹੀਦੀ ਆ, ਕਿਉਂ ਜ਼ਰੂਰ ਨਹੀਂ ਕਿ ਇੱਕ ਪੁੱਲ ਮਿਲ ਦੇ ਨਾਲ ਸਾਰੀਆਂ ਮੁਸੀਬਤਾਂ ਦਾ ਹੱਲ ਹੈ ਨਹੀਂ। ਹਾਂ, ਚਾਹੀਦਾ ਆਵਾਜਾਈ ਦਾ ਸਾਨੂੰ ਸੌਖਾ ਹੋਊਗਾ ਆਉਣ ਜਾਣ ਦਾ, ਸਾਰਿਆਂ ਨੂੰ, ਬੱਚਿਆਂ ਨੂੰ ਜਿਹੜੇ ਹਾਈਅਰ ਸਟੱਡੀ ਲਈ ਬਾਹਰ ਜਾਂਦੇ ਆਪਣੇ ਸ਼ਹਿਰ ਜਾਣ ਕੇ, ਜਾਂ ਸ਼ਹਿਰ ਤੋਂ ਬਾਹਰ ਕਿਤੇ ਵੀ, ਉਹਨਾਂ ਦਾ ਅਪ ਡਾਊਨ ਵੀ ਸੌਖਾ ਹੋਊਗਾ, ਕਿਉਂ ਕਈ ਵਾਰ ਬੇੜੀ ਹੁੰਦੀ ਆ, ਕਈ ਵਾਰ ਨਹੀਂ ਹੁੰਦੀ। ਅਤੇ ਉਸ ਤੋਂ ਪਹਿਲਾਂ ਸਾਨੂੰ ਕੋਈ ਡਿਸਪੈਂਸਰੀ ਵੀ ਚਾਹੀਦੀ ਹੈ ਇੱਥੇ, ਡਿਸਪੈਂਸਰੀ ਹੋਵੇ ਅਤੇ ਕੋਈ ਡਾਕਟਰ ਚੰਗਾ ਚਾਹੀਦਾ, ਕਿਉਂ ਪਹਿਲਾਂ ਤਾਂ ਅਸੀਂ ਕਹਿੰਦੇ ਵੀ MLA ਆ ਕੇ ਤੇਰਾ ਹਾਜ਼ਰ ਹੋਵੇ।
एमएलए साहब हाजिर होन तो काम चलेगा ना। तो बोल दो एमएलए साहब हाजिर होन प्लीज, उच्ची तरह बोलो, सारे कट्ठे ही बोल दो। एमएलए जानते हो आए कि हाजिर होए कि ना होए, सारिया पार्टियां ट्राई कर लिया हां, अगलिया वोटा आनी 24 ते किन्नू पाओगे? असीं तां वोट पाउणी नहीं, चाहे साडा वी वोटा कट्टियां जाण, वोट पाउण दा साडा तां असल च हक भी नहीं बनता, जेकर सानू वादे बनते हक नहीं मिलने तो वोट पाउण दा भी सानू हक है। बुजुर्ग घबरा रहे ने, तुसी बहुत बोल रहे हो। नहीं कोई होर पार्टी रह नहीं गई, झाड़ू वाले सारा काम करनगे, ए भी देख लिया 6 महीने तो साडा तो कुछ नहीं सब रहा, आने वाले जो 4.5 साल आए गए मेरे ख्याल भी ओ भी कुछ नहीं होगा। जी आया ना, सारे का करी दे, तुसी साडे कोल आए हो, बहुत पहला भी न्यूज वाले आते रहे ने, सारे का जी आया करी दे, बाकी अगे तुसी सोचना साडा भी साडा की करना है। मैं तो आवाज कर सकता हूं, मैं और कुछ नहीं करता। खाओगे हो सकता सीएम दे कन्ना तक पहुंचे भी ठीक है, भी इधर भी कोई पिंड हैगा कालू वाला छोटा या शायद भी नक्शे ते भी आउंदा है कि नहीं आउंदा, किते नहीं आंदा ते हैगा आउंदा ही आंदा सब, मेनू तां नहीं लगदा जी जेहो जे कोई नहीं, असि लब के आए आ। हां जी चल ठीक है जी, शायद हो सकदा सीएम दे कन्न तक पै जी हैगे, जे लब के इन्नी मेहनत करके आए हो, तुसी मेहनत कीती, ताडी मेहनत साडा सुन जे, असि तां तुहानू ही दवावां देणी आ सारी उमर लई, साडे बच्चे भी देणगे नाल जी। हां जी, कोई इत्थे कुछ कहना चाहुंदा सी? ਤੁਸੀਂ ਜ਼ਮੀਨਾਂ ਦੇ ਬਾਰੇ ਕਹਿ ਰਹੇ ਸੀਗੇ, ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਕੋਈ ਇੱਥੇ ਜਿਵੇਂ ਮੇਰੀ ਜ਼ਮੀਨ ਆ ਮੇਰੇ ਨਾਂ ਹੋਣੀ ਚਾਹੀਦੀ ਹੈ, ਜੇ ਜੋੜਾ ਵਾਹੁੰਦਾ ਬੰਦਾ ਉਹਦੇ ਨਾਂ ਜਿੰਨੀ ਵੀ ਜ਼ਮੀਨ ਆ ਉਹਦੇ ਨਾਂ। ਤੁਸੀਂ ਹੁਣ ਸਰਕਾਰ ਨੂੰ ਕੀ ਦਿੰਦੇ ਹੋ ਕੁਛ? ਨਹੀਂ ਜੀ ਕੁਛ ਨਹੀਂ ਦਿੰਦੇ, ਬਸ ਜ਼ਮੀਨ ਤੁਹਾਡੇ ਨਾਮ ਹੈ, ਬਟ ਦਿਮਾਗ 'ਤੇ ਟੈਨਸ਼ਨ ਰਹਿੰਦੀ ਹੈ, ਬੋਝ ਰਹਿੰਦਾ ਹੈ ਕਿ ਵੀ ਸਾਡੇ ਨਾਲ ਕੁਛ ਵੀ ਹੋ ਸਕਦਾ, ਸੈਂਟਰ ਸਰਕਾਰ ਜੇ ਜ਼ਮੀਨ ਮਾਲਕੀ ਹੁੰਦੀ ਹੈ ਬੰਦਾ ਲੋਨ ਲੈ ਸਕਦਾ ਹੈ, ਅੱਛਾ ਲੈ ਕੇ ਕੋਈ ਕਾਰੋਬਾਰ ਕਰ ਸਕਦਾ ਹੈ। ਉਹ ਸਾਡੀ ਕੱਚੀ ਜ਼ਮੀਨ ਅੱਗੇ ਗੱਲ ਕਰ ਰਹੇ, ਉੱਥੇ ਟਾਵਰ ਬਣਨਾ ਹੈ, छोटी जी दिक्कत भी पूरी नहीं करते? जंगल बन जाऊगा, खुश हो? इस पुल वास्ते जो भी इत्थे दुनिया दे लंघ आ, इत्थे 17-18 पिंड लगते ने, लेकिन ये जो गट्टी विच लोग बैठे ने इन्ने ही नहीं, लेकिन होर भी बहुत लोग ज्यादा ने जेडे इत्थों आवाजाई चलती, तो बेड़िया दोनों बेड़िया राही आउंदे ने, वो बेड़ी लंघदे एक इत्थे होर अगे बेड़ी है। हाँ, दो बेड़िया बस, दो बेड़िया, और बेड़ी दा हाल भी देखण वाला है, बेड़ी भी एदां तुसीं चाहो तो लगदा कि हुण पानी उत्ते आए तुसीं डुब्बे। हाँ जी, 17-18 पिंड ने जेडे इत्थे सारे ही परेशान ने, ये कल्ले इन्ने लोग ही नहीं, बहुत ही लोग ने जेडे इत्थों ही लंघ टापा उन्हां दा, तो सारे ही परेशान। सर 1500 लोग नहीं है, बहुत मतलब जो 17-18 लोग हैं तो काफ़ी लोग हो गए, बहुत काफ़ी लोग। पिंडी वाला पिंड, राजो के पिंड, पाने वाला, इधर न्याले वाला आ गया, कृची आ गया, लाल सिंह जुगे आ गए, कांवड़ा वाला आ गया, पागल हो गए कौन बजा दे
पढ़े लिखिया जो पानी आ जाता फसल डुब जाते जो नंगना टपना बेड़िया तो औखा हो जाता सब तो बड़ा जंग साडा ही है सानू वे जंग बहुत बड़ा उदों खेलना पैंदा ये जिहड़ी नौजवान पीढ़ी बैठी है कुछ चाहती है जो ताड़ी सरकार शोल जे आवाज़ पहुँच गई की कहना चाहोगे पहले पढ़े पढ़ने लिए कुछ सहायता चाहिए कुछ चाहिए स्कूल चाहिए इधर चंगे स्कूल नहीं है दूर बहुत है होर कुछ ਤੁਸੀਂ ਬੋਲਨੇ ਹੋ ਅੱਛਾ ਤੁਸੀਂ ਯੂਥ ਬ੍ਰਿਗੇਡ ਦੇ ਮੁਖੀ ਹੋ ਇੱਥੇ ਹਾਂ ਅਸੀਂ ਇਹ ਮਤਲਬ ਕਿ ਇਹ ਹੁਣ ਪੜਦੇ ਪੈਨੇ ਅਸੀਂ ਪੜ ਕੇ ਹਟ ਚੁੱਕੇ ਆ ਹਾਂ ਗ੍ਰੈਜੂਏਸ਼ਨ ਕੀਤੀ ਹੋਈ ਆ ਐਸਬੀਐਸ ਕੀਤੀ ਹੋਈ ਹੈ ਕੀਤੀ ਹੋਈ ਹੈ ਜੀ ਅੱਛਾ ਭਈਆ ਕੀਤੀ ਕਿੱਦਾਂ ਹੋਈ ਹੈ ਹੋ ਜੀ ਥੋੜਾ ਜਿਹਾ ਅੱਛਾ ਤੇ ਐਦਾਂ ਕਰਕੇ ਡੀ ਫਾਰਮੇਸੀ ਕੀਤੀ ਹੋਈ ਹੈ ਜੀ ਸ਼ਹੀਦ ਭਗਤ ਸਿੰਘ ਕਾਲਜ ਆਫ ਫਿਰੋਜ਼ਪੁਰ ਤੋਂ ਹਾਂ ਸਾਨੂੰ ਕੋਈ ਵੀ ਕੋਈ ਸੁਵਿਧਾ ਨਹੀਂ ਮਿਲਦੀ ਕਿਸੇ ਵੀ ਤਰ੍ਹਾਂ ਦੀ ਕੋਈ ਨੌਕਰੀ ਨਹੀਂ ਮਿਲੀ 3 ਸਾਲ ਹੋ ਗਏ ਡੀ ਫਾਰਮੇਸੀ ਕਰਕੇ ਫ੍ਰੀ ਫਿਰਦੇ ਆ ਕੀ ਕਰਦੇ ਹੋ ਫਿਰ ਫਿਰ ਕੋਈ ਘਰ ਦਾ ਕੰਮ ਕਰੀ ਜਾਂਦੇ ਆ ਜੀ सब तो वड्डी गल ते एमएलए साहब हाजर होन भी इत्थे आण देखण हालत की है स्कूल दा पेंट ही होया होया टीचर भी नहीं हैगियां 6 महीने हो गए एक हाजिरी लानी तो बड़ी जरूरी हैगी है अपने इंतजार साडा नरेगा भी नहीं चल रहा इथे नरेगा भी नहीं चल रहा सरपंच साहब क्यों नहीं चल रहा नरेगा पता नहीं की गल है इथे बंद हट ता सारे मन हां मैंने पहला काम बंद पर तानू पता है कि भी इना दा गुजारा ही नरेगा ते है हुन पा के दित्या मैडम ता पैसे हैगे अकाउंट विच नहीं जी अकाउंट ए कौन पास करेगा पैसे पैसे मैडम जिवें प्रोजेक्ट बनेगा जी कोई नहीं आंदा पूछन की भी तानू कोई दिक्कत आ रही है कुछ मदद कर दी दिक्कत सानू जी मेरे ख्याल जे 71 लग जंग लगे दो जंग लगया साडे बुजुर्ग रहे ने इत्थे जंग जो कोई एक ने लिगतां दे लिगड़े लेके बाहर निकलया और कुछ लेके इत्थे थोड़ा छड़ चले जांदे ओदा भी किसे नहीं पुछया बाकी जदों एक साल छड़ के हाड़ आउंदा साडे पास जिथे आपां खड़े ना इत्थे पानी लग गया सारे दा फिर की करदे हो जांदा बस इत्थे भी ए चल टाइम पास ही करना ओ करना की फिर ਪਾਣੀ ਚੱਟ ਫਿਰ ਹੁੰਦਾ ਸ਼ਹਿਰ ਦਾ ਸਰਫਰ ਟੁੱਟਿਆ ਹੁੰਦਾ ਪੰਜਾਬ ਨਾਲ ਕੋਈ ਇਤੜਨ ਆਣ ਨਾ ਵਿਚਾਰ ਤੇ ਜਿਹੜੀ ਫਸਲਾਂ ਦਾ ਮੁਆਵਜ਼ਾ ਦਿੰਦੇ ਉਹ ਮੁਆਵਜ਼ਾ ਆਂਦਾ ਉਹ ਵੀ ਨਹੀਂ ਆਂਦਾ ਉਹ ਵੀ ਦੁਬਾਰਾ 18 ਦੁਨੀ ਦਾ ਆਇਆ ਉਹ ਸਾਨੂੰ ਮਿਲਿਆ ਨਹੀਂ ਉਹ ਮੈਡਮ ਜੀ ਗਰਦੌਰੀ ਹੈਗੀ ਸੀ ਗਰਦੌਰੀ ਵਗਾ ਕੋਈ ਵਾਰ-ਵਾਰ ਵੀ ਜ਼ਮੀਨਾਂ ਕੱਚੀਆਂ ਨੇ ਮਾਲਕੀ ਜ਼ਮੀਨ ਨਹੀਂ ਹੈਗੀ ਜਿਹੜੀ ਗੱਲ ਜਿਹੜੀ ਮੈਂ ਕਰਦਾ ਮਾਲਕੀ ਜ਼ਮੀਨ ਇੱਥੇ ਆਂਦੀਆਂ ਮੈਂ ਉੱਥੇ ਹੋ ਗਿਆ ਇਹ ਸਾਡੇ ਨੇਤਾ ਪਹਿਲਾਂ ਗਏ ਸੀ ਆਪਣੇ ਕਾਂਗਰਸ ਦੇ ਉਹਨਾਂ ਨੇ ਕਿਹਾ ਸੀ 1 ਰੁਪਈਏ ਦੇ ਵਿੱਚ ਪੱਕੀਆਂ ਕਰਾ ਕੇ ਦਿੱਤੀਆਂ ਜਾਂਦੀਆਂ ਨਹੀਂ ਕੀਤੀਆਂ ਜਦੋਂ ਦੇ ਉਹ ਆਏ ਪੱਕੀਆਂ ਕੀ ਹੋਣੀਆਂ ਸੀ ਜ਼ਮੀਨਾਂ ਗਰਦੌਰੀ ਤੋਂ ਖਾਲੀ ਹੋ ਗਈਆਂ ਗਰਦੌਰੀ ਕੀ ਹੁੰਦੀ ਮੈਨੂੰ ਪਤਾ ਨਹੀਂ ਮਾਲ ਸਾਡੀ ਕੱਚੀ ਪੈਲੀ ਆ ਸਰਕਾਰ ਨੇ ਕਸਰਾ ਗਰਦੌਰੀ ਦਿੱਤੀ ਸਾਨੂੰ ਬਣਾਈ ਵੀ ਮਾਲਕ ਦੀ ਜ਼ਮੀਨ ਤੇ ਕੁਰਸੀ ਮੇਰੀ ਕੋਈ ਕੁਰਸੀ ਤੇ ਲਾਈ ਹੈ ਇਹ ਬਣਿਆ ਤਾਂ ਉਹਦੇ ਵਿੱਚ ਜ਼ਮੀਨ ਸਾਡੀ ਗਵਰਨਮੈਂਟ ਦੀ ਪਰਮਿਸ਼ਨ ਗਵਰਨਮੈਂਟ ਦੀ ਆ ਜਵਾਬਬੰਦੀ ਹੁੰਦੀ ਆ ਜਵਾਬਬੰਦੀ ਸਾਡੀ ਹੁੰਦੀ ਆ ਜੇ ਪਿੱਛੇ ਸੈਂਟਰ ਨੇ ਸੁਪਰੀਮ ਕੋਰਟ ਤੋੜੀ ਆ ਸਾਡੀ ਜ਼ਮੀਨ ਵਿੱਚ ਨਹੀਂ ਆਉਂਦੀ ਹੁੰਦੀ ਉਹਨਾਂ ਵੇਖਿਆ ਨਹੀਂ ਸਾਡੀ ਵਿੱਚ ਨਾਲ ਤੋੜ ਦਿੱਤੀ ਉਹਨਾਂ ਜ਼ਮੀਨ ਸਰਕਾਰ ਨਹੀਂ ਵੇਖਿਆ ਪਰਮੇਸ਼ਰ ਗਰੁੱਪ ਦੀ ਸਾਡੀ ਤੇ ਪਿੰਡ ਦੀ ਕੋਈ ਸੁਣਵਾਈ ਨਹੀਂ ਹੈ ਪਿੰਡ ਵਾਸੀ ਦੀ ਕੋਈ ਸੁਣਵਾਈ ਨਹੀਂ ਹੈ ਸਾਡਾ ਪਿੱਛੇ ਦੋ ਵਾਰ ਬੇੜਾ ਟੁੱਟ ਗਿਆ ਸੀ
ਤੇ ਦੋ ਟਰਾਲੀਆਂ ਡੁੱਬੀਆਂ ਟਰੈਕਟਰ ਦੀਆਂ ਟਰੈਕਟਰ ਦਾਣੇ ਚੋਣਾ ਡੁੱਬ ਗਿਆ ਇੱਕ ਤਾਂ 5 7 ਘੰਟੇ ਵਿੱਚ ਹੀ ਪਿਆ ਰਿਹਾ ਵਿੱਚੇ ਪਿਆ ਰਿਹਾ ਉਰਲੇ ਦਾ ਡੁੱਬਾ ਅਸੀਂ ਇਹ ਕਹਿੰਦੇ ਵੀ ਸਾਡਾ ਹੀ ਨਹੀਂ ਦਰਿਆ ਦੇ ਉਰਲੇ ਦਾ ਡੁੱਬਾ ਜਾਵੇ ਤਾਂ ਹੁਰਲੇ ਤਾਂ ਲੰਘੇ ਜੀ ਹਾਂ ਤੋ ਕੋਈ ਦਿਨ ਟਰਾਲੀ ਝੋਨੇ ਦੀ ਵੀ ਭਰੀ ਸੀ ਵਿੱਚੇ ਖਲੀ ਰਹੀ 8 10 ਕੋਈ ਮੁਆਵਜ਼ਾ ਨਹੀਂ ਕੋਈ ਮੁਆਵਜ਼ਾ ਨਹੀਂ ਮਿਲਿਆ ਜਾਂਦਾ ਜੀ ਜਦ ਤੱਕ ਉਹਦਾ ਖਰਾਬ ਹੋਈ ਇੱਕ ਟਰੈਕਟਰ ਇੱਕ ਟਰੈਕਟਰ ਨੁਕਸਾਨ ਜਿਹੜੀ 2 ਕਿੱਲੇ ਦੀ ਫਸਲ ਲੱਗੀ ਸੀ ਜੋ ਬਚੀ ਆ ਉਹ ਟਰੈਕਟਰ ਲੱਗ ਗਈ ਉਹ ਟਰੈਕਟਰ ਫਸਲ ਟਰਾਲੀ ਝੋਨੇ ਦੀ ਵੀ ਗਈ 150 200 ਮਣ ਪੰਜਾਬ ਪਿੰਡਾਂ ਦੀ ਇਹਦੀ ਬੁਨਿਆਦ ਹੈ ਅਸੀਂ ਬੁਨਿਆਦ ਨੂੰ ਕਮਜ਼ੋਰ ਕਰ ਰਹੇ ਹਾਂ ਸਾਡੇ ਸਿਸਟਮ ਕਮਜ਼ੋਰ ਕਰ ਰਹੇ ਹੈ ਸਾਡੇ ਅਫਸਰ ਸਾਡੇ ਐਮ ਐਲ ਏ ਸਾਡੇ ਹਰ ਇਨਸਾਨ ਟੀਚਰਾਂ ਤੱਕ ਨਹੀਂ ਆਉਣ ਨੂੰ ਤਿਆਰ ਨੇ ਕਿਉਂਕਿ ਇਹ ਉਹਨਾਂ ਨੂੰ ਔਖਾ ਲੱਗਦਾ ਜਿਹੜੇ ਰਹਿੰਦੇ ਉਹਨਾਂ ਦਾ ਹਾਲ ਸੋਚੋ ਕੀ ਹੋਏਗਾ ਅਸੀਂ ਆਪਣੀ ਬੁਨਿਆਦ ਨੂੰ ਜੇ ਆਪ ਖਤਮ ਕਰ ਦਾਂਗੇ ਤਾਂ ਫਿਰ ਪੰਜਾਬ ਕਿਸ ਤਰ੍ਹਾਂ ਰੰਗਲਾ ਬਣੇਗਾ ਕਿਸ ਤਰ੍ਹਾਂ ਤੰਦਰੁਸਤ ਬਣੇਗਾ ਇਹ ਸਭ ਗੱਲਾਂ ਹੁੰਦੀਆਂ ਕਿ ਅਸੀਂ ਪੰਜਾਬ ਨੂੰ ਇਸ ਤਰ੍ਹਾਂ ਕਰਨਾ ਜਦ ਤੱਕ ਸਾਡੇ ਪਿੰਡ ਨਹੀਂ ਆਬਾਦ ਹੋਣਗੇ ਸਾਡੇ ਪਿੰਡ ਖੁਸ਼ਹਾਲ ਨਹੀਂ ਹੋਣਗੇ ਅਸੀਂ ਅੱਗੇ ਨਹੀਂ ਵੱਧ ਸਕਾਂਗੇ ਇਹ ਸੱਥਾਂ ਇਸ ਲਈ ਲਾਈਆਂ ਜਾ ਰਹੀਆਂ ਹੈਗੀਆਂ ਤਾਂ ਕਿ ਪਿੰਡਾਂ ਨੂੰ ਆਵਾਜ਼ ਮਿਲੇ ਤੋ ਸਾਨੂੰ ਤੁਹਾਡੇ ਕੰਨਾਂ ਵਿੱਚ ਤੋਂ ਜਿਹੜੀ ਆਵਾਜ਼ ਗੂੰਜ ਰਹੀ ਹੈ ਉਹਨੂੰ ਕਿੱਥੇ ਦਿਲ ਦਾ ਰਸਤਾ ਦਿਖਾ ਦਿਓ ਸੁਣ ਲਓ ਇੰਨੇ ਕਠੋਰ ਨਾ ਬਣੋ ਐਮ ਐਲ ਏ ਸਾਹਿਬ ਨੂੰ ਬੇਨਤੀ ਹੈ ਕਿ ਪਲੀਜ਼ ਆ ਕੇ ਦੇਖੋ ਕਿ ਕਿਉਂ ਇੱਥੇ ਇੱਕ ਡਿਸਪੈਂਸਰੀ ਨਹੀਂ ਹੈ ਇੱਥੇ ਦੇ ਲੋਕ ਵੀ ਤੁਹਾਡੇ ਵੋਟਰ ਨੇ ਤੁਸੀਂ ਉਹਨਾਂ 'ਤੇ ਜ਼ਿੰਮੇਦਾਰੀ ਹੈ ਤੁਹਾਡੀ ਕਿ ਤੁਸੀਂ ਆ ਕੇ ਉਹਨਾਂ ਨੂੰ ਉਹਨਾਂ ਦੀਆਂ ਜੋ ਤੁਹਾਨੂੰ ਵੋਟ ਹੈ ਉਸ 'ਤੇ ਹੁਣ ਤੁਹਾਡਾ ਚੁਕਾਉਣ ਦਾ ਵਕਤ ਹੈ ਸੋ ਪਲੀਜ਼ ਐਮ ਐਲ ਏ ਸਾਹਿਬ ਪਲੀਜ਼ ਹਾਜ਼ਰ ਹੋ